ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਦੇ ਉੱਤੇ ਤੁਸੀਂ ਜਾਣਦੇ ਹੋ ਕਿ ਬੱਕਰੀਆਂ ਦੇ ਕਿੱਤੇ ਦੇ ਨਾਲ ਸੰਬੰਧਿਤ ਨਵੀਂ ਤੋਂ ਨਵੀਂ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹਿੰਦੇ ਆਂ ਅੱਜ ਕੱਲ ਬੱਕਰੀਆਂ ਦੇ ਕਿੱਤੇ ਦਾ ਰੁਝਾਨ ਹੈ ਜਿਹੜਾ ਬਹੁਤ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਫੈਲਿਆ ਹੋਇਆ ਠੀਕ ਹੈ ਬਹੁਤ ਸਾਰੇ ਕਿਸਾਨ ਭਰਾ ਨੌਜਵਾਨ ਵੀਰ ਭੈਣਾਂ ਇਸ ਕਿੱਤੇ ਨੂੰ ਕਰਨਾ ਚਾਹੁੰਦੇ ਨੇ ਕਰ ਰਹੇ ਨੇ ਕਈਆਂ ਨੇ ਸ਼ੁਰੂ ਕਰ ਲਿਆ ਤੇ ਇਹਦੇ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਜਿਹੜਾ ਵੀ ਟ੍ਰੇਨਿੰਗ ਲਊਗਾ ਕਹਿੰਦੇ ਭਾਵੇਂ ਇਸ ਚੀਜ਼ ਨੂੰ ਸਿੱਖਣਾ ਇਹਨੂੰ ਸਿੱਖ ਕੇ ਕਰੂਗਾ ਤਾਂ ਉਹਦੇ ਲਈ ਇਹ ਕਿੱਤਾ ਬੜਾ ਲਾਹੇਵੰਦ ਰਹੇਗਾ ਅੱਜ ਪਿੰਡ ਰਾਮਗੜ੍ਹ ਭੁੱਲਰ ਦੇ ਵਿੱਚ ਖੜਾਂਗੇ ਆਪਾਂ ਖਾਨਗੋੜ ਫਾਰਮ ਤੇ ਉਹਨਾਂ ਦੇ ਵੱਲੋਂ ਪਹਿਲਾ ਬੱਕਰੀਆਂ ਦਾ ਟ੍ਰੇਨਿੰਗ ਸੈਸ਼ਨ ਰੱਖਿਆ ਗਿਆ ਅੱਜ ਕੀ ਕੁਝ ਖਾਸ ਹੋਇਆ ਵੀਰਾਂ ਨੇ ਟ੍ਰੇਨਿੰਗ ਲਈ ਆਪਾਂ ਉਹ ਗੱਲਬਾਤ ਪਹਿਲਾਂ ਵੀਰਾਂ ਤੋਂ ਪੁੱਛਦੇ ਹਾਂ ਬਾਅਦ ਵਿੱਚ ਗੱਲਬਾਤ ਕਰਾਂਗੇ ਆਪਾਂ ਤੁਹਾਡੀ ਖਾਨ ਸਾਹਿਬ ਦੇ ਨਾਲ ਅਤੇ ਹੋਰ ਵੀਰਾਂ ਦੇ ਨਾਲ ਆਪਣੇ ਕੋਲ ਭਾਈ ਅਸलम ਜੀ ਮੋਗਾ ਵਾਲੇ ਵੀ ਖੜੇ ਨੇਗੇ ਖਾਨ ਸਾਹਿਬ ਵੀ ਖੜੇ ਨੇ ਆਪਣੇ ਕੋਲ ਰਿਆਸਤ अली ਜੀ ਜਿਨ੍ਹਾਂ ਦੇ ਇਸ ਫਾਰਮ ਤੇ ਇਹ ਕੈਂਪ ਜਿਹੜਾ ਉਹ ਰੱਖਿਆ ਗਿਆ ਗੱਲਬਾਤ ਕਰਦੇ ਆ ਉਹ ਬਾਈਆਂ ਦੇ ਨਾਲ ਜਿਹੜੇ ਕੇ ਟ੍ਰੇਨਿੰਗ ਲੈਂਡ ਦੇ ਲਈ ਆਏ ਸੀ 2 ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਅੱਜ ਲਾਸਟ ਦਿਨ ਇਹਨਾਂ ਨੇ ਟ੍ਰੇਨਿੰਗ ਪੂਰੀ ਕੀਤੀ ਭਾਈ ਸਤਿ ਸ੍ਰੀ ਅਕਾਲ ਤੁਸੀਂ ਟ੍ਰੇਨਿੰਗ ਲਈ ਹਾਂਜੀ 2 ਦਿਨ ਟ੍ਰੇਨਿੰਗ ਕਿਸ ਤਰ੍ਹਾਂ ਦਾ ਰਿਹਾ ਪ੍ਰੋਸੈਸ ਬਹੁਤ ਵਧੀਆ ਜੀ ਪਹਿਲਾਂ ਕੀ ਕਰਦੇ ਹੋ ਜੀ ਪਹਿਲਾਂ ਜੀ ਆਪਣਾ ਦੁੱਧ ਦਾ ਕੰਮ ਹੈ ਡੇਰੀ ਹੈ ਜੀ ਮੱਝਾਂ ਗਾਵਾਂ ਪਰ ਰੱਖਦੇ ਆ ਉਹ ਕਿਦਾਂ ਚੱਲ ਰਿਹਾ ਕੰਮ ਉਹ ਬਹੁਤ ਵਧੀਆ ਚੱਲਦਾ ਜੀ ਦੁੱਧ ਦੀ ਸਪਲਾਈ ਆਪ ਆਪ ਕਰਦੇ ਆਂ ਬਾਜ਼ਾਰ ਚ ਹੂੰ ਤੇ ਫਿਰ ਥੋੜਾ ਜਿਹਾ ਵਿਚਾਰ ਬਣਿਆ ਵੀ ਇਹ ਵੀ ਕੰਮ ਨਾਲ ਕਰ ਲਈਏ ਠੀਕ ਹੈ ਜੀ ਹਾਂ ਜੀ ਉਹਦੇ ਵਾਸਤੇ ਫਿਰ ਟ੍ਰੇਨਿੰਗ ਲੈਣੇ ਨਾਲ ਕੋਲ ਆਏ ਸੀ ਕੋਈ ਸਵਾਲ ਜੋ ਆਪ ਮਿਲੇ ਹੈਗੇ ਨਹੀਂ ਜੀ ਮਤਲਬ ਹਰ ਤਰ੍ਹਾਂ ਸੰਤੁਸ਼ਟ ਹੋ ਗਿਆ ਸੀ ਠੀਕ ਹੈ ਕੋਈ ਸਵਾਲ ਤਾਂ ਨਹੀਂ ਮਨ ਦੇ ਵਿੱਚ ਰਿਹਾ ਹਾਂ ਜੀ ਨਹੀਂ ਸੰਤੁਸ਼ਟੀ ਹੈ ਪੂਰੀ ਹਰ ਤਰ੍ਹਾਂ ਸੰਤੁਸ਼ਟ ਹੈ ਠੀਕ ਹੈ ਤੁਸੀਂ ਕਿੱਥੋਂ ਆਏ ਬਾਜੀ ਚਾਚਾ ਜੀ ਮੇਰੇ ਅੱਛਾ ਤੁਸੀਂ ਇੱਕ ਜਗ੍ਹਾ ਤੋਂ ਆਏ ਹੋ ਹਾਂ ਇਹ ਅਵਰ ਕਿਲਿਆਂ ਵਾਲੀ ਜਿਹੜਾ ਫਾਜ਼ਿਲਕਾ ਦੇ ਵਿੱਚ ਪੈ ਜਾਂਦਾ ਅਸੀਂ ਬਾਰਡਰ ਹੀ ਤਾਂ ਹੈ ਹਾਂਜੀ ਹਾਂਜੀ ਬਿਲਕੁਲ ਰਾਜਸਥਾਨ ਨਾਲ ਹੀ ਸਾਡੇ 6 ਕਿਲੋਮੀਟਰ ਤੁਹਾਡੇ ਵੱਲੋਂ ਬੱਕਰੀਆਂ ਦਾ ਰੁਝਾਨ ਹੈ ਜਾਂ ਨਹੀਂ ਬਹੁਤ ਹੈ ਜੀ ਪਰ ਗਿਆਨ ਨਹੀਂ ਹੈਗਾ ਲੋਕ ਰੱਖਦੇ ਤਾਂ ਬਹੁਤ ਹੈ ਵੈਸੇ ਹਮ ਆਰਾਮ ਜਿਵੇਂ ਦੇਸੀ ਬੱਕਰੀਆਂ ਹਮ 100 200 200 ਆਮ ਹੀ ਕਰ ਰੱਖੀ ਹੈ ਪਰ ਉਹ ਤਰੀਕਾ ਨਹੀਂ ਹੈਗਾ ਬੀਟਲ ਨਸਲ ਜਾਨੀ ਨਹੀਂ ਜੀ ਬੀਟਲ ਨਸਲ ਨਹੀਂ ਹੈਗੀ ਹਾਂ ਬਿਲਕੁਲ ਇੱਕ ਦੇਸੀ ਜੀ ਨਸਲਾ ਜਮਾ ਉਹੀ ਰੱਖਦੇ ਯਾਨੀ ਕਿ ਤੁਸੀਂ ਬੀਟਲ ਦਾ ਪਰਣਾਉਣਾ ਹਾਂਜੀ 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 ਅਸੀਂ ਬੀਟਲ ਦਾ ਜਿਹੜਾ ਵਧੀਆ ਤਰੀਕੇ ਨਾਲ ਕੰਮ ਕਰਨਾ ਅਸੀਂ ਤਾਂ ਅਸੀਂ ਨੌਲੇਜ ਲੈਣ ਆਏ ਆ ਨਾ ਆਪ ਕੋ ਤੇ ਅਸਲਮ ਬਾਈ ਜੀ ਖੜੇ ਨੇ ਅਸਲਮ ਬਾਈ ਜੀ ਅਸਲਾਮੁਅਲੈਕਮ ਜੀ ਹੋ ਠੀਕ ਠਾਕ ਸਸੀ ਕਾਲ ਜੀ ਠੀਕ ਹੈ ਜੀ ਹਾਂ ਆ ਲੈ ਤੁਸੀਂ ਦੱਸੋ ਤੁਹਾਡਾ ਤਾਂ ਕਿਉਂਕਿ ਤਜਰਬਾ ਵੀ ਹੈ ਕੰਮ ਦੇ ਵਿੱਚ ਹੈ ਨਾ ਦੇਖੋ ਗੱਲ ਤੁਸੀਂ ਵੀ ਗੱਲਾਂ ਬਾਤਾਂ ਸੁਣੀਆਂ ਹੋਣੀਆਂ ਜਿਹੜੇ ਵੀ ਟ੍ਰੇਨਿੰਗ ਦੇ ਰਹੇ ਸੀਗੇ ਡਾਕਟਰ ਸਾਹਿਬਾਨ ਬਿਲਕੁਲ ਜੋ ਡਾਕਟਰ ਸਾਹਿਬ ਸਮਝਾ ਰਹੇ ਆ ਬਹੁਤ ਵਧੀਆ ਸਮਝਾ ਰਹੇ ਆ ਪਰ ਆਏ ਗੱਲਾਂ ਲੜ ਬ ਜਿਹੜਾ ਬੱਕਰੀ ਫਾਰਮ ਦਾ ਕੰਮ ਹੈ ਨਾ ਪਾਲਣ ਦਾ ਕੰਮ ਹੈ ਬਹੁਤ ਵਧੀਆ ਇਸ ਟਾਈਮ ਚੱਲ ਰਿਹਾ ਹੈ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਇਹ ਤਾਂ ਆਇਆ ਵੀ ਜਦ ਮਰਜੀ ਵੇਚ ਲੈ ਜਦ ਮਰਜੀ ਖਰੀਦ ਲੈ ਇਹਦੀ ਨਾ ਬੇਚ ਔਖੇ ਔਖੇ ਵੇਚਣਾ ਨਾ ਇਹ ਖਰੀਦਣਾ ਔਖਾ ਹੈ ਠੀਕ ਹੈ ਜੀ ਵਧੀਆ ਢੰਗ ਨਾਲ ਕਰੋ ਬਹੁਤ ਵਧੀਆ ਕੰਮ ਹੈ ਕੋਈ ਐਸੀ ਗੱਲ ਨਹੀਂ ਹੈ ਦਿੱਕਤਾਂ ਵਾਲੀ ਤਾਂ ਨਹੀਂ ਕੋਈ ਗੱਲ ਕੋਈ ਦਿੱਕਤ ਨਹੀਂ ਹੈਗੀ ਆ ਬਾਕੀ ਆ ਡੇਵਿਡ ਜੀ ਖੜੇ ਆ ਇਹ ਵੀ ਮੇਰਾ ਯਾਰ ਮੋਗੇ ਤੋਂ ਆਇਆ ਹੈ ਇਹ ਕੁੱਤਿਆਂ ਦਾ ਵੀ ਉਹ ਹੈ ਡਾਕਟਰ ਹੈ ਅੱਜ ਬੱਕਰੀਆਂ ਦਾ ਵੀ ਨੇ ਕੁਝ ਸਿੱਖਿਆ ਦੱਸੋ ਜੀ ਡੇਵਿਡ ਜੀ ਭਾਈ ਸਾਹਿਬ ਡੇਵਿਡ ਸਾਹਿਬ ਕੀ ਹਾਲ ਹੈ ਫਿਰ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਨਹੀਂ ਕੁੱਤੇ ਦਾ ਕੰਮ ਪੱਕਾ ਕਰਦੇ ਹੋ ਕੋ ਉਦੋਂ ਹੀ ਗਏ ਆ ਇਹਨਾਂ ਨੇ ਨਹੀਂ ਨਹੀਂ ਡੌਗਸ ਰੱਖੇ ਹੋਏ ਜੀ ਆਪਣੇ ਨਾਲ ਪ੍ਰੈਕਟਿਸ ਵੀ ਕਰਦੇ ਕਿਹੜੇ ਕਿਹੜੇ ਡਾਊਗਾ ਬਿਲਕੁਲ ਲੈਬਰਰੀ ਨੇ ਜੀ ਇਕੱਲੇ ਮੈਂ ਲੈਬਰਰੀ ਦੀ ਬਰੀਡਿੰਗ ਕਰਦਾ ਹੁਣ ਕੁੱਤੇ ਵੀ ਰੱਖਣੇ ਨੇ ਕੀ ਆ ਬੱਕਰੀਆਂ ਵੀ ਰੱਖਣੀਆਂ ਨੇ ਹੁਣ ਹਾਂ ਜੀ ਬੱਕਰੀਆਂ ਬਾਰੇ ਵਿਚਾਰ ਕਰਦਾ ਸੀਗੇ ਜੀ ਹੁਣ ਇਹਨਾਂ ਤੋਂ ਕੁਝ ਸਵਾਲ ਸੀਗੇ ਦਿਮਾਗ ਦੇ ਵਿੱਚ ਉਹ ਹੁਣ ਇਹਨਾਂ ਤੋਂ ਕਲੀਅਰ ਕੀਤੇ ਨੇ ਸੰਤੁਸ਼ਟੀ ਹੋਈ ਪੁੱਛ ਕੇ ਚੰਗੀ ਤੇ ਯਾਨਕੀ ਬੱਕਰੀਆਂ ਰੱਖੋਗੇ ਫਿਰ ਹਾਂ ਜੀ ਹਾਂ ਜੀ ਰੱਖਾਂਗੇ ਕੁੱਤਿਆਂ ਦੇ ਵਿੱਚ ਸੈੱਟ ਕਰ ਲ ਚਲੋ ਵੀ ਸਾਰਿਆਂ ਦੇ ਆਪੋ ਆਪਣੇ ਕੰਮ ਹੁੰਦੇ ਨੇ ਨਾ ਜਿੰਮੇ ਵੀ ਹੁੰਦਾ ਗੱਲਬਾਤ ਹੋਰ ਵੀਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਉਣਾ ਆ ਬਾਈ ਰਾਜਪ੍ਰੀਤ ਸਿੰਘ ਸਿੱਧੂ ਐਸ਼ਾਰ ਕਮਰਸ਼ੀਅਲ ਗੋਡ ਫਾਰਮ ਤੋਂ ਬਹੁਤ ਸੋਹਣਾ ਬਹੁਤ ਵੱਡਾ ਚੰਗਾ ਤਜਰਬਾ ਬਾਈ ਹੋਰਾਂ ਦੇ ਕੋਲ ਅੱਜ ਇਹਨਾਂ ਨੇ ਇਸ ਟ੍ਰੇਨਿੰਗ ਦੇ ਵਿੱਚ ਬਹੁਤ ਵਧੀਆ ਅਹਿਮ ਰੋਲ ਵੀ ਨਿਭਾਇਆ ਆਪਾਂ ਵੀ ਇਹਨਾਂ ਦੀ ਟ੍ਰੇਨਿੰਗ ਲਗਭਗ 3 ਘੰਟੇ ਸੁਣੀ ਐ ਤੇ ਨਜ਼ਾਰਾ ਆ ਗਿਆ ਗੱਲਬਾਤ ਪੂਰੀ ਸਿਰਾ ਰਹੀ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਰਾਜਪ੍ਰੀਤ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਹੋਰ ਕਿਤਾ ਕੋਈ ਟ੍ਰੇਨਿੰਗ ਹਾਂ ਦੀ ਵਧੀਆ ਅ ਭਾਈ ਇੱਕ ਗੱਲ ਬਾਤ ਕਰਨੀ ਹੈ ਵੀ ਬੱਕਰੀਆਂ ਦੀ ਟ੍ਰੇਨਿੰਗ ਜ਼ਰੂਰੀ ਕਿਉਂ ਆ ਦੇਖੋ ਜ਼ਰੂਰੀ ਇਸ ਲਈ ਹੋ ਜਾਂਦੀ ਆ ਹੁਣ ਜਿਵੇਂ ਇੱਥੇ ਅਸੀਂ ਦੇਖਿਆ ਜ਼ਿਆਦਾਤਰ ਬੱਕਰੀ ਪਾਲ ਕੇ ਬੈਠੇ ਆ ਲੁਧਿਆਣਾ ਏਰੀਏ ਦੇ ਹੂੰ ਕਿੰਨਾ ਤੋਂ ਅਲੱਗ-ਅਲੱਗ ਲੋਕਲ ਵੀ ਆਏ ਹੋਏ ਆ ਜਿਹੜੇ ਕਿ ਪਹਿਲਾਂ ਤੋਂ ਕੰਮ ਕਰ ਰਹੇ ਆ ਹੂੰ ਤੇ ਅਸੀਂ ਇਹ ਇੱਥੇ ਆ ਕੇ ਐਨਲਾਈਜ਼ ਕੀਤਾ ਕਿ ਨਵੇਂ ਫਾਰਮਰਾਂ ਦੇ ਨਾਲ-ਨਾਲ ਜਿਵੇਂ ਪੁਰਾਣੇ ਬੱਕਰੀ ਪਾਲਕ ਜਿਹੜੇ ਹੈਗੇ ਉਹਨਾਂ ਦਾ ਰੁਝਾਨ ਵਧਿਆ ਹੈ ਟ੍ਰੇਨਿੰਗ ਵਾਲੇ ਪਾਸੇ ਕਿਉਂਕਿ ਜੱਦੀ ਪੁਸਤਿ ਇਹਨਾਂ ਦਾ ਕੰਮ ਸੀਗਾ ਕਰਦੇ ਆ ਰਿਹਾ ਪਰ ਦਿੱਕਤਾਂ ਦੇਖੋ ਨਵੇਂ ਫਾਰਮਰ ਨੂੰ ਵੀ ਆਉਂਦੀਆਂ ਤੇ ਪੁਰਾਣਿਆਂ ਨੂੰ ਵੀ ਆਈ ਜਾਂਦੀਆਂ ਹਾਂ ਤਾਂ ਟ੍ਰੇਨਿੰਗ ਕਰਨ ਦਾ ਮਕਸਦ ਇਹ ਹੋ ਜਾਂਦਾ ਵੀ ਜਿਹੜਾ ਇੱਕ ਬੰਦਾ ਪ੍ਰੈਕਟੀਕਲੀ ਕੰਮ ਨੂੰ ਕਰ ਰਿਹਾ ਹੈਗਾ ਉਹਦੇ ਕੋਲੇ ਕੋਈ ਨਾ ਕੋਈ ਐਕਸਪੀਰੀਅੰਸ ਤਜਰਬਾ ਹੁੰਦਾ ਜਦੋਂ ਹੁਣ ਆਪਾਂ ਕਿਸੇ ਬੰਦੇ ਤੋਂ ਕੋਈ ਨਾ ਕੋਈ ਚੀਜ਼ ਸਿੱਖਦੇ ਆ ਜਿਹੜਾ ਕਿ ਉਹ ਉਸਨੇ ਆਪਣੇ ਪਿੰਡੇ ਤੇ ਹੰਡਾਈ ਹੁੰਦੀ ਹੈਗੀ ਤਾਂ ਉਹ ਜ਼ਰੂਰੀ ਹੁੰਦਾ ਕਿਉਂਕਿ ਨਵਾਂ ਜਿਹੜਾ ਬੰਦਾ ਹੈਗਾ ਕੋਈ ਨਵਾਂ ਫਾਰਮਰ ਹੈ ਟ੍ਰੇਨਰ ਹੈਗਾ ਉਹਦੇ ਤੋਂ ਉਹ ਜਾਣੂ ਨਹੀਂ ਹੁੰਦਾ ਕਿ ਅੱਗੇ ਜਾ ਕੇ ਉਹ ਕੰਮ ਕਰੇ ਤਾਂ ਉਹਨੂੰ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਕਿ ਇਹਦੇ ਵਿੱਚ ਸਮੱਸਿਆਵਾਂ ਆਉਂਦੀਆਂ ਹੀ ਆ ਤਾਂ ਤਾਂ ਕਰਕੇ ਅੱਜ ਦੇ ਟਾਈਮ ਦੇ ਵਿੱਚ ਜਾਣਕਾਰੀ ਕਿਸੇ ਵੀ ਫੀਲਡ ਦੀ ਹੋਵੇ ਮੈਂ ਬੱਕਰੀ ਪਾਲਣ ਦੀ ਗੱਲ ਨਹੀਂ ਕਰਦਾ ਕੋਈ ਵੀ ਤੰਦਾ ਜੇ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਆ ਤਾਂ ਪਹਿਲਾਂ ਉਹਦੀ ਪੂਰੀ ਇਨਫੋਰਮੇਸ਼ਨ ਜਾਣਕਾਰੀ ਨੌਲੇਜ ਇਕੱਠੀ ਕਰਕੇ ਤੇ ਫੇਰ ਹੀ ਕੰਮ ਸ਼ੁਰੂ ਕਰਨਾ ਚਾਹੀਦਾ ਤੇ ਇੱਥੇ ਬਹੁਤ ਵਧੀਆ ਲੱਗਿਆ ਅੱਜ ਪਹਿਲੀ ਟ੍ਰੇਨਿੰਗ ਦਾ ਬੈਚ ਸੀਗਾ ਤੇ ਇੱਥੇ ਖਾਨ ਸਾਹਿਬ ਨੇ ਤੇ ਬਾਬਾ ਜੀ ਨੇ ਜਿਹੜਾ ਦੋ ਰੋਜ਼ਾ ਟ੍ਰੇਨਿੰਗ ਦਾ ਕੈਂਪ ਆਰਗੇਨਾਈਜ਼ ਕੀਤਾ ਤੇ ਵਧੀਆ ਪਰ ਮਹੰਗਾਰਾ ਮਿਲਿਆ ਲੋਕਾਂ ਦਾ ਕਿ ਸਿੱਖਣ ਦੇ ਪ੍ਰੋਪਰ ਮੂਡ ਦੇ ਵਿੱਚ ਸੀਗੇ ਹੂੰ ਤੇ ਮੈਂ ਕਹਿੰਦਾ ਵੀ ਜਿਆਦੇ ਤੋਂ ਜਿਆਦੇ ਜਿਹੜੇ ਫਾਰਮਰ ਹੈਗੇ ਉਹ ਸਿੱਖ ਕੇ ਹੀ ਇਸ ਬੱਕਰੀ ਪਾਲਣ ਦੇ ਧੰਦੇ ਵੱਲ ਆਉਣਾ ਕਿਉਂਕਿ ਇਹਦੇ ਵਿੱਚ ਅਸੀਂ ਦੇਖਿਆ 7 ਸਾਲਾਂ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਵਾਂ ਹੁੰਦੇ ਹੈਗੇ ਹੂੰ ਹਰ ਬੰਦੇ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜੇ ਦੇਖੋ ਇਹੋ ਜਿਹਾ ਆਪਾਂ ਕੋਈ ਪ੍ਰੋਗਰੈਸਿਵ ਫਾਰਮਰ ਹੈ ਜਾਂ ਕੋਈ ਵਧੀਆ ਇੰਸਟੀਚਿਊਟ ਹੈ ਆਦਾਰੇ ਹੈ ਜੇ ਉੱਥੇ ਆਪਾਂ ਬਹਿ ਕੇ ਬੇਸਿਕਲੀ ਇਹ ਸਾਰੀ ਪ੍ਰੈਕਟੀਕਲ ਟ੍ਰੇਨਿੰਗ ਦੀ ਡਿਸਕਸ ਇੱਕ ਦੂਜੇ ਨਾਲ ਕਰਾਂਗੇ ਬਾਈ ਫੇਸ ਤਾਂ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਜਾਂਦਾ ਹੈਗਾ ਨਵੇਂ ਨੂੰ ਵੀ ਤੇ ਪੁਰਾਣੇ ਬੱਕਰੀ ਪਾਲਕਾਂ ਨੂੰ ਵੀ ਤਾਂ ਇਹੀ ਕਹਿੰਨੇ ਆ ਵੀ ਜੋ ਵੀ ਕੰਮ ਆ ਤੁਸੀਂ ਸਿੱਖ ਕੇ ਕਰੋ ਤੇ ਸਿੱਖ ਕੇ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹੋ ਜਾਂਦੇ ਆ ਤਾਂ ਕਿ ਆਪਾਂ ਰਿਸਕ ਤੋਂ ਠੱਗਾ ਠੋਰੀਆਂ ਤੋਂ ਇੱਕ ਵਾਰ ਆਪਾਂ ਬਾਈਪਾਸ ਨਿਕਲ ਜਾਂਦੇ ਆਂ ਹਾਂਜੀ ਠੀਕ ਹੈ ਬਾਈ ਧੰਨਵਾਦ ਧੰਨਵਾਦ ਬਾਬਾ ਸ਼ਾਸਤਰੀ ਕਾਲ ਜੀ ਤੁਹਾਡਾ ਪਿੰਡ ਕਿਹੜਾ ਜੀ ਡੇਢ ਕਾ ਜੀ ਡੇਢ ਕਾ ਠੀਕ ਹੈ ਤੁਸੀਂ ਮਤਲਬ ਕਿ ਟ੍ਰੇਨਿੰਗ ਕਿੱਦਾਂ ਮਤਲਬ ਕਿ ਆਈ ਪਹਿਲਾਂ ਕੀ ਕਰ ਰਹੇ ਹੋਗੇ ਬੱਕਰੀਆਂ ਦਾ ਹੀ ਆ ਜੀ ਪਲੱਸ 2 ਪਾਸ ਪਲੱਸ 2 ਪਾਸ ਆਈ ਕੀ ਕਰ ਰਹੇ ਹੋ ਹਾਂ ਆਈਟੀਆਈ ਕਰ ਰਹੇ ਹਾਂ ਬੱਕਰੀਆਂ ਰੱਖੀਆਂ ਨੇ ਜਾਂ ਰੱਖੀਆਂ ਹੋਈਆਂ ਜੀ 5-6 ਸਾਲ ਤੋਂ ਕਦੋਂ ਤੋਂ 5-6 ਸਾਲ ਤੋਂ ਕਿੰਨੇ ਕਿਦਾਂ 25 ਕਿਨਾ ਖਗੇ ਠੀਕ ਹੈ ਟ੍ਰੇਨਿੰਗ ਤਾਂ ਲਈ ਨਹੀਂ ਸੀ ਨਹੀਂ ਕੀ ਗੱਲ ਵੀ ਟ੍ਰੇਨਿੰਗ ਲੈਣੀ ਪੈਗੀ 5-6 ਸਾਲਾਂ ਤੋਂ ਬੱਕਰੀਆਂ ਰੱਖ ਕੇ ਵੀ ਬਈ ਨੌਲੇਜ ਆਊਗੀ ਜੀ ਨਹੀਂ ਬੱਕਰੀਆਂ ਰੱਖੀਆਂ ਸੀ 5-6 ਸਾਲ ਹੋ ਗਏ ਹਾਂਜੀ ਵੀ ਕਿਤੇ ਮੁਸ਼ਕਲਾਂ ਆ ਰਹੀਆਂ ਸੀ ਮੁਸ਼ਕਿਲ ਹੁੰਦੀ ਸੀ ਜਿਵੇਂ ਕਿ ਜੀ ਡਾਕਟਰ ਸੱਦਣਾ ਪੈਂਦਾ ਸੀਗਾ ਟੀਕਾ ਟੱਲਾ ਲਾਉਣ ਵਾਸਤੇ ਕਿੱਥੇ ਹੁਣ ਵੀ ਅਪ ਕਰਿਆ ਕਰਾਂਗੇ ਠੀਕ ਹੈ ਕਾਫੀ ਕੁਝ ਸਿੱਖਣ ਨੂੰ ਮਿਲਿਆ ਜਾਂ ਨਹੀਂ ਬਹੁਤ ਕੁਝ ਜੀ ਦੋ ਦਿਨਾਂ ਟ੍ਰੇਨਿੰਗ ਲਈ ਹੈ ਹਾਂਜੀ ਹਾਂਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਵੀ ਦਵਾਈ ਟੀਕਾ ਕਰਨਾ ਵੀ ਕਿਵੇਂ ਕਰਨੀ ਆ ਡੀ ਵਾਰਮਿੰਗ ਕਿਵੇਂ ਕਰਨੀ ਆ ਵੀ ਰੱਖ ਰਖਾ ਕਿਵੇਂ ਨਸਲ ਸੰਭਾਲੀ ਹਾਂ ਤੇ ਅੱਗੇ ਪੜਾਈ ਦਾ ਜੀ ਪੜਾਈ ਦਾ ਇਟੇ ਕਰ ਰਹੇ ਹਾਂ ਜੀ ਆਏ ਕਰਨੀ ਆ ਜਾਰੀ ਰੱਖਣੀ ਆ ਹਾਂਜੀ ਹਾਂਜੀ ਕੀ ਬਾਤ ਹੈ ਬਹੁਤ ਚੰਗੀ ਗੱਲ ਹੈ ਜੀ ਤੇ ਗੱਲਬਾਤ ਕਰਦੇ ਹੁਣ ਬਾਬਾ ਸੁਰਿੰਦਰ ਸਿੰਘ ਜੀ ਖਾਲਸਾ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜਿਹੜੇ ਕਿ ਹਰ ਸ਼ਨੀਵਾਰ ਨੂੰ ਲਾਉਂਦੇ। ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤਰਸੇਮ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ। ਬਾਬਾ ਜੀ ਪਹਿਲਾਂ ਤਾਂ ਇਹ ਕਹਿੰਨੇਗੇ ਵੀ ਹਾਂ ਤੁਸੀਂ ਗੱਤਗਾ ਟੀਮ ਵੀ ਚਲਾਉਂਦੇ ਹੋ। ਹਾਂਜੀ ਤੇ ਕਥਾ ਵਗੈਰਾ ਵੀ ਕਰਦੇ ਹੋ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੀ ਦੇਖਦੇ ਹੋ। ਬੱਕਰੀਆਂ ਦੀ ਮੰਡੀ ਵੀ ਲਾਉਂਦੇ ਹੋ। ਬੱਕਰੀਆਂ ਦੀ ਸਾਂਸਵਾਲ ਵੀ ਕਰਦੇ ਹੋ। ਇੰਨੇ ਕੰਮ ਕਰ ਲੈਨੇ ਹੋਗੇ ਠੀਕ ਹੈ। ਹੁਣ ਟ੍ਰੇਨਿੰਗ ਦਾ ਵੀ ਆਪ ਚਲੋ ਇਹ ਇਹ ਸਾਰੇ ਕੰਮ ਕਾਜ ਆਪਾਂ ਕਰਦੇ ਆ ਆਪਾਂ ਨੂੰ ਕਿਰਤ ਕਰਨੀ ਚਾਹੀਦੀ ਹੈ ਠੀਕ ਆ ਉਹ ਆਪਣਾ ਫਰਜ ਹੈਗਾ ਇਸ ਚੀਜ਼ ਨੂੰ ਕਿਵੇਂ ਮੇਨਟੇਨ ਕਰਦੇ ਹਾਂ ਟ੍ਰੇਨਿੰਗ ਦਾ ਕਿਸ ਤਰ੍ਹਾਂ ਦਾ ਰਹਿਣਾ ਨਾਲੇ ਟ੍ਰੇਨਿੰਗ ਦਾ ਦੇਖੋ ਜੀ ਬਹੁਤ ਵਧੀਆ ਰਹਿ ਜਾਣ ਰਿਹਾ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਡਾਕਟਰ ਪ੍ਰਪਿੰਦਰ ਸਿੰਘ ਜੀ ਰਾਜਵੀਰ ਸਿੰਘ ਜੀ ਤੇ ਆਪਣੇ ਦੂਸਰੇ ਵੀਰ ਸੰਦੀਪ ਸਿੰਘ ਜੀ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਾਹਰਲੀ ਸਟੇਟਾਂ ਚੋਂ ਟ੍ਰੇਨਿੰਗ ਲੈ ਕੇ ਡਾਕਟਰੀ ਕੋਰਸ ਕਰਕੇ ਜਿਹੜੇ ਆਪਣੇ ਤਜਰਬੇ ਨੇ 7 ਸਾਲ ਦਾ ਇਹਨਾਂ ਦਾ ਕੋਰਸ ਕੀਤਾ ਹੋਇਆ ਜਾਂ ਇਹਨਾਂ ਨੇ ਫਾਰਮਿੰਗ ਦੇ ਵਿੱਚ ਕੰਮ ਕਰਦੇ ਨੇ ਆਪਣੇ ਹੱਥੀਂ ਪ੍ਰੈਕਟੀਕਲ ਕਰਦੇ ਨੇ ਉਹਦੇ ਸਾਰੇ ਹੀ ਜਿਹੜੇ ਤਜਰਬੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ 50% 50% ਜਿਹਨੂੰ ਕਹਿ ਦਈਏ ਵੀ ਉਹ ਤਜਰਬੇ ਸਾਡੇ ਤਜਰਬਿਆਂ ਦੇ ਨਾਲ ਵੀ ਮਿਲਦੇ ਜੁਲਦੇ ਨੇ ਜਿਹੜੇ ਅਸੀਂ ਆਮ ਨੋਰਮਲ ਕਰਦੇ ਆ ਬਿਨਾ ਤਜਰਬੇ ਤੋਂ ਜਿਹੜੇ ਅਸੀਂ ਵੈਕਸੀਨ ਆਪਣੀਆਂ ਬੱਕਰੀਆਂ ਨੂੰ ਕਰਦੇ ਆ ਆਪਣੇ ਡੀ ਫਾਰਮਿੰਗ ਲਾ ਲਓ ਜਾਂ ਬੁਖਾਰ ਦਾ ਲਾ ਲਓ ਮੋਕ ਦਾ ਲਾ ਲਓ ਜਾਮ ਦੇ ਦੇ ਪ੍ਰੇਮੇ ਦਾ ਲਾ ਲਓ ਉਹ ਸਾਨੂੰ ਬਹੁਤ ਵਧੀਆ ਇਹਨਾਂ ਦੇ ਸੁਝਾਅ ਲੱਗੇ ਹੂੰ ਬਾਕੀ ਇਹਨਾਂ ਨੇ ਸੇਲ ਪਰਚੇਜ ਬਾਰੇ ਦੱਸਿਆ ਸਾਨੂੰ ਬਰੀਡਿੰਗ ਬਾਰੇ ਵੀ ਦੱਸਿਆ ਇਹਨਾਂ ਨੇ ਸਾਨੂੰ ਫਾਰਮਿੰਗ ਦੇ ਦਿਸ਼ਾ ਨਿਰਦੇਸ਼ ਵੀ ਦੱਸੇ ਵੀ ਕਿਸ ਤਰੀਕੇ ਦਾ ਫਾਰਮ ਹੋਣਾ ਚਾਹੀਦਾ ਸ਼ੈੱਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬਾਕੀ ਜੋ ਲੋਨ ਲੈਣਾ ਉਹਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਜਿਹੜੇ ਬੰਦੇ ਕੋਲੇ ਆਲਰੇਡੀ 20 50 ਨਗ ਹੈਗੇ ਆ ਉਹਨੂੰ ਲੋਨ ਲੈ ਲੈਣਾ ਚਾਹੀਦਾ ਹਾਂ ਜੇ ਲੈਣਾ ਵੀ ਆ ਤਾਂ ਉਹਨੂੰ ਉਹਦੇ ਵਿੱਚ ਸਾਹੀ ਹੁੰਦੀਆਂ ਪੁਰਾਣੀਆਂ ਬੱਕਰੀਆਂ ਰੱਖੀਆਂ ਹੋਈਆਂ ਜਿੱਦਾਂ ਸਾਡੇ ਮਲਸੀਆਂ ਤੋਂ ਵੀਰ ਖੜੇ ਨੇ ਇਹ ਵੀ 3.5 ਕਿਆਂ ਤੋਂ ਆਏ ਆ ਸਾਡਾ ਗੱਗੀ ਵੀਰ ਆ ਹੁਣ ਆਵਾਜ਼ ਮਾਰੀ ਆ ਅਸੀਂ ਤੇ ਇਹ ਸਾਡੇ ਵੀਰ ਹਰਿੰਦਰ ਸਿੰਘ ਜੀ ਖਾਲਸਾ ਜਾਂਗਪੁਰ ਤੋਂ ਇਹਨਾਂ ਕੋਲ ਵੀ ਸੌਣ ਆਗਾ ਬਾਕੀ ਹੋਰ ਸਾਡੇ ਭਪਿੰਦਰ ਸਿੰਘ ਜੀ ਦਰਸ਼ਨ ਸਿੰਘ ਜੀ ਸਾਡੇ ਸੰਗਤਪੁਰੇ ਤੋਂ ਵੀਰ ਜਿਨ੍ਹਾਂ ਨੇ ਟ੍ਰੇਨਿੰਗ ਦੇ ਵਿੱਚ ਹਿੱਸਾ ਲਿਆ ਟ੍ਰੇਨਿੰਗ ਲਈ ਆ ਇਹ ਜੇ ਵੀਰਾਂ ਨੂੰ ਲੋਨ ਦੇ ਵਿੱਚ ਬਹੁਤ ਫਾਇਦਾ ਵਾ ਹੂੰ ਕਿਉਂਕਿ ਇਹ ਆਲਰੇਡੀ 4-4 5-5 ਸਾਲ ਦਾ ਇਹਨਾਂ ਦਾ ਤਜਰਬਾ ਕੁਝ ਇਹਨਾਂ ਦੀ ਮਦਦ ਕਰਨਗੇ ਇਹਨਾਂ ਦੀਆਂ ਬੱਕਰੀਆਂ ਇਹਨਾਂ ਦੇ ਬੱਚੇ ਬਾਕੀ ਇਹਨਾਂ ਦਾ ਤਜਰਬਾ ਮਦਦ ਕਰੇਗਾ ਜਿਹੜੇ ਨਵੇਂ ਬੰਦੇ ਇਸ ਪਾਸੇ ਨੂੰ ਜੁੜਨਾ ਚਾਹੁੰਦੇ ਨੇ ਉਹ ਜਾਂ ਤਾਂ ਪੰਜ ਚਾਰ ਸਾਲ ਤਜਰਬਾ ਕਰਨ ਪੰਜ ਸੱਤ 10 ਜਨਮਰ ਰੱਖ ਕੇ ਆਪਣੇ ਘਰ ਦੇ ਵਿੱਚ ਹੂੰ ਤੇ ਨਹੀਂ ਕਿਸੇ ਫਾਰਮ ਦੇ ਵਿੱਚ ਥੋੜੀ ਬਹੁਤੀ ਜੇ ਉਹਨਾਂ ਕੋਲੇ ਆਪਣੀ ਗਜਾਇਸ ਆ ਤਾਂ ਬੱਕਰੀਆਂ ਲੈ ਲੈਣ ਨਹੀਂ ਗਜਾਇਸ ਹੈਗੀ ਤਾਂ ਕਿਸੇ ਫਾਰਮ ਵਾਲੇ ਨਾਲ ਕੰਟੈਕਟ ਕਰ ਲੈਣ ਸਾਲ ਭਰ ਦਾ ਇੱਕ ਸਾਲ ਦਾ ਤਜਰਬਾ ਉੱਥੇ ਰਹਿ ਕੇ ਕਰਨ ਤਾਂ ਉਹਨਾਂ ਨੂੰ ਬਹੁਤ ਹੀ ਫਾਇਦੇਮੰਦ ਰਹੂਗਾ ਜੀ ਬਾਕੀ ਜਿਹੜੀ ਇਹ ਟ੍ਰੇਨਿੰਗ ਹੈ ਜੀ ਇਹ ਮੁੱਲਾਪੁਰ ਬੱਕਰਾ ਮੰਡੀ باندې ਉਹ ਰੱਖੀ ਗਈ ਸੀ ਜੀ ਇਹ ਅਸੀਂ ਖੜੇ ਆ ਪਿੰਡ ਰਾਮਗੜ੍ਹ ਦੇ ਵਿੱਚ ਜਿੱਥੇ ਰਿਆਸਤ ਅਲੀ ਦਾ ਪਿੰਡ ਆ ਇਹਨਾਂ ਦਾ ਖਾਨਗੋਟ ਫਾਰਮ ਵੀ ਇੱਥੇ ਇਹਨਾਂ ਦੇ ਪਿੰਡੇ ਇਸ ਕਰਕੇ ਰੱਖੀ ਗਈ ਆ ਕਿਉਂਕਿ ਜੇ ਅਸੀਂ ਮੰਡੀ ਵਿੱਚ ਰੱਖਦੇ ਸੀਗੇ ਤਾਂ ਸਾਡੇ ਕੋਲ ਰਜਿਸਟ੍ਰੇਸ਼ਨ ਤੋਂ ਬਿਨਾ ਹਜ਼ਾਰਾਂ ਹੀ ਬੰਦੇ ਆ ਕੇ ਵਹਿ ਜਾਣੇ ਸੀ ਅ ਠੀਕ ਹੈ ਕਾਰਨ ਬਣ ਗਿਆ। ਇਹ ਸਾਡਾ ਕਾਰਨ ਸੀ ਕਿਉਂਕਿ ਸਾਡਾ ਉੱਥੇ ਭਾਈਚਾਰਾ ਹੀ ਇੰਨਾ ਕਾਇਮ ਆ ਜੀ ਅਸੀਂ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ ਸੀ। ਹੁਣ ਵੀ ਅਸੀਂ ਤਕਰੀਬਨ 10 ਤੋਂ 15 ਬੰਦੇ ਮੁੱਲਾਪੁਰ ਦੇ ਤੇ ਜਾਂਗਪੁਰ ਦੇ ਆਏ ਆ। ਹੂੰ। ਬਾਕੀ ਰਿਆਸਤਲੀ ਦੇ ਇੱਥੋਂ ਨੇੜੇ-ਤੇੜੇ ਜੋ ਵੀ ਸਾਡੇ ਵੀਰ ਆ ਜਿਵੇਂ ਸਾਡਾ ਵੀਰਾ ਦੇੜਕਿਆਂ ਤੋਂ ਇਹ ਇੱਥੇ ਆਏ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ। ਸਭ ਤੋਂ ਜ਼ਿਆਦਾ ਤੁਹਾਡਾ ਧੰਨਵਾਦ ਕਿਉਂਕਿ ਇਹ ਨਹੀਂ ਹੈਗਾ ਵੀ ਜੇ ਇੱਥੇ ਅੱਜ 20 ਤੋਂ 25 ਬੰਦੇ ਜਾਂ 30 ਬੰਦਿਆਂ ਨੇ ਟ੍ਰੇਨਿੰਗ ਲਈ ਆ ਇੰਨਾ ਤੱਕ ਹੀ ਇਹ ਸੀਮਤ ਰਵੇ ਗੱਲਾਂ। ਹੂੰ। ਕਿਉਂਕਿ ਤੁਹਾਡੇ ਚੈਨ ਫਾਰਮ ਵਾਲੇ ਕੋਲੇ ਜਾਣੀ ਹੈ ਜਿਹੜੀਆਂ ਇਹਨਾਂ ਨੇ ਖਾਾਕ ਬਣਾਉਣ ਦੀ ਦਿੱਤੀ ਆ ਵਿਧੀ ਉਹ ਬਹੁਤ ਵਧੀਆ ਵਾ ਅਸੀਂ ਮਹਿੰਗੇ ਦਾਣੇ ਪਾਈ ਜਾਂਦੇ ਆ ਉਹਦਾ ਫਾਇਦਾ ਸਾਨੂੰ ਬਹੁਤ ਘੱਟ ਹੁੰਦਾ ਵਾ ਜਿਸ ਤਰ੍ਹਾਂ ਅਸੀਂ ਜੇ ਮੱਕੀ ਪਾਉਣ ਲੱਗੇ ਜਦੋਂ ਮੱਕੀਆਂ ਆ ਗਈਆਂ ਤਾਂ ਅਸੀਂ ਧੁੱਕੀ ਕੱਢ ਦੇਣੀ ਆ ਮੱਕੀ ਦੀ ਹੋਈ ਜਦੋਂ ਕਣਕ ਆ ਗਈ ਤਾਂ ਫਿਰ ਚੱਕਦੇ ਕਣਕ ਦੀਆਂ ਬੋਰੀਆਂ ਸੜ ਦੋ ਮੂਰੇ ਪਰ ਉਹਦਾ ਫਾਇਦਾ ਇਹਨਾਂ ਹੁੰਦਾ ਨਹੀਂ ਕਿਉਂਕਿ ਜਿਹੜੀ ਪਾਚਨ ਪ੍ਰਣਾਲੀ ਆ ਜਾਨਵਰ ਦੇ ਅੰਦਰ ਜੇ ਆਪਾਂ ਕਿਲੋ ਕਣਕ ਵੀ ਉਹਨੂੰ ਪਾ ਦਈਏ ਨਾ ਰੋਜ਼ ਦੀ ਰੁਟੀਨ ਦੇ ਵਿੱਚ ਬਾਹਰ ਫਿਰਨ ਵਾਲੀ ਬੱਕਰੀ ਉਹ ਖਾਜੂਗੀ ਪਰ ਉਹਨੂੰ ਪਚਣੀ ਕਿੰਨੀ ਉਹਨੂੰ 100 ਜਾਂ 150 ਗ੍ਰਾਮ ਜਾਂ 200 ਗ੍ਰਾਮ ਜਿੰਨੀ ਉਹਦੀ ਅੰਦਰਲੀ ਅੰਤੜੀਆਂ ਨੇ ਜਾਂ ਉਹਦੇ ਲੀਵਰ ਨੇ ਚੱਕਣੀਆਂ ਓਨੀ ਉਹਨੇ ਚੱਕਣੀਆਂ ਜਾਂ 300 ਗ੍ਰਾਮ ਤੱਕ ਦਾਣਾ ਜਿਹੜਾ 700 ਗ੍ਰਾਮ ਦਾਣਾ ਮਾ ਸਾਡਾ ਬੇਸਟ ਕਿਵੇਂ ਹੋਣਾ ਜਿਹੜੀ ਅੰਦਰਲੀ ਉਹਦੀ ਅੰਦਰ ਜਿਗਰ ਹੁੰਦਾ ਲੀਵਰ ਹੁੰਦਾ ਉਹਦੇ ਇੱਕ ਜ਼ੈਰ ਦੀਆਂ ਤਿੱਲੀਆਂ ਹੁੰਦੀਆਂ ਉਹਨਾਂ ਨੇ ਪ੍ਰੈਸ਼ਰ ਮਾਰਨਾ ਬਾਕੀ ਦਾ ਜਿੰਨਾ ਅਨਾਜ ਆ ਉਹਨੂੰ ਸਵਾਹ ਕਰ ਦੇਣਾ ਸਾੜ ਕੇ ਜੀ ਅੰਦਰੋਂ ਪ੍ਰੈਸ਼ਰ ਮਾਰ ਕੇ ਇਸ ਲਈ ਬਹੁਤ ਚੰਗੀਆਂ ਗੱਲਾਂ ਸਾਨੂੰ ਸੁਝਾ ਸਾਡੇ ਲਈ ਜੋ ਆਏ ਨੇ ਉਹ ਦਿੱਤੇ ਆ ਬਾਕੀ ਜਿਹੜੇ ਬੱਚੇ ਨੇ ਨਵੇਂ ਜਿਸ ਤਰ੍ਹਾਂ ਸਾਡੇ ਬਾਬਾ ਜੀ ਦਾ ਬੱਚਾ ਵਾ ਭਰਿੰਦਰ ਸਿੰਘ ਜੀ ਦਾ ਉਹ ਸਾਡੇ ਨਾਲ ਜੁੜਿਆ ਪਹਿਲਾਂ ਬਾਪ ਇਕੱਲਾ ਫਾਰਮ ਦਾ ਕੰਮ ਕਰਦਾ ਸੀਗਾ ਘਰ ਦੇ ਵਿੱਚ ਹੁਣ ਇਹਨਾਂ ਦਾ ਬੇਟਾ ਇਹਨਾਂ ਦੇ ਨਾਲ ਸਹਾਇੀ ਹੋ ਗਿਆ ਇਹ ਆਪ ਬੈਕ ਤੇ ਸੀ ਆਪਣੇ ਬੇਟੇ ਨੂੰ ਮੂਰੇ ਕੀਤਾ ਇਸੇ ਤਰ੍ਹਾਂ ਹੀ ਮੇਰੀ ਬੇਟੀ ਆ ਆਲ ਇੰਡੀਆ ਇੰਟਰਵੈਸਟੀ ਗੋਲਡ ਮੈਡਲ ਗੱਤਕੇ ਚ ਡਬਲ ਗੋਲਡ ਮੈਡਲ ਤੇ ਗੱਤਕੇ ਦਾ ਡਿਪਲੋਮਾ ਵੀ ਕੀਤਾ ਗੁਰੂਗ੍ਰਾਂਦ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਇਹਨੇ ਕੀ ਬਾਤ ਹੈ ਤੇ ਇਹ ਮੈਂ ਆਪਣੀ ਬੇਟੀ ਨੂੰ ਹੁਣ ਫਾਰਮ ਦੇ ਮੂਰੇ ਕਰ ਰਿਹਾ ਹਾਂ ਕਿਉਂਕਿ ਮੇਰੇ ਪੁੱਤ ਵੀ ਆ ਮੇਰੀਆਂ ਧੀਆਂ ਵੀ ਆ ਇਹ ਹੂੰ ਤੇ ਮੇਰੇ ਨਾਲ ਸਹਿਯੋਗ ਵੀ ਇੰਨਾ ਕਰਦੇ ਆ ਮੈਂ ਕਹਿੰਦਾ ਵੀ ਜੇ ਕਿਤੇ ਮੇਰੇ ਅੱਜ ਪੁੱਤ ਹੁੰਦੇ ਤਾਂ ਮੈਨੂੰ ਲੜਨਾ ਪੈਂਦਾ ਮੈਨੂੰ ਗਾਲਾਂ ਕੱਢਣੀਆਂ ਪੈਂਦੀਆਂ ਹੂੰ ਮੇਰੇ ਨਾਲ ਹੋ ਸਕਦਾ ਮੇਰੀ ਦਾੜੀ ਨੂੰ ਵੀ ਹੱਥ ਪਾਉਂਦੇ ਉਹ ਜੀ ਤੇ ਮੈਂ ਕਹਿੰਦਾ ਵੀ ਮੈਨੂੰ ਪ੍ਰਮਾਤਮਾ ਨੇ ਬਹੁਤ ਵਧੀਆ ਔਲਾਦ ਦਿੱਤੀ ਆ ਤੇ ਜਿਵੇਂ ਹੁਣ ਘਰੇ ਆ ਗਏ ਮੇਰੀਆਂ ਦੂਜੀਆਂ ਬੇਟੀਆਂ ਨੇ ਮੇਰੇ ਬਾੜੇ ਨੂੰ ਸੁੰਭਰ ਦੇਣਾ ਤੇ ਜਿਸ ਤਰ੍ਹਾਂ ਹੁਣ ਕਈ ਕਹਿੰਦੇ ਜੀ ਇੱਥੇ ਸ਼ੈਮ ਨੂੰ ਸੁੰਭਰਦੇ ਆ ਮੈਨੂੰ ਉਹਨਾਂ ਚੱਕਰ ਸਬਰ ਨਹੀਂ ਆਉਂਦਾ ਜਿੰਨਾ ਚਿਰ ਮੈਂ ਦੋ ਵਾਰੀ ਬਾੜਾ ਨਾ ਜੀ ਪਹਿਲਾਂ ਉੱਠ ਕੇ ਮੈਂ ਕਰਨਾ ਜਾ ਕੇ ਸਾਜਰੇ 5 ਵਜੇ ਚਲੇ ਜਾਵਾਂ 6 ਵਜੇ ਚਲੇ ਜਾਵਾਂ ਉਸ ਤੋਂ ਬਾਅਦ ਬੱਕਰੀਆਂ ਖੁੱਲਣ ਤੋਂ ਬਾਅਦ ਮੇਰੀਆਂ ਧੀਆਂ ਨੇ ਤੇ ਮੇਰੇ ਪਰਿਵਾਰ ਨੇ ਉਹਨੂੰ ਸੰਭਰ ਕੇ ਬੱਚਿਆਂ ਨੂੰ ਅੰਨ ਜਲ ਪਾਉਣਾ ਜੀ ਤੇ ਹੁਣ ਇਹਦੇ ਵਿੱਚ ਸਾਡੀਆਂ ਜਿਹੜੀ ਇਹ ਬੇਟੀ ਆ ਖਰਾਕ ਪਾਉਣ ਦੇ ਤਜਰਬੇ ਉਹਨਾਂ ਨੂੰ ਪਾਣੀ ਦੇ ਤਜਰਬੇ ਡੀ ਫਾਰਮਿੰਗ ਦੇ ਮੈਂ ਹੁਣ ਇਹਨਾਂ ਨੂੰ ਨਾਲ ਜੋੜੂੰਗਾ ਵੀ ਇਸ ਤਰ੍ਹਾਂ ਦੇ ਨਾਲ ਦਵਾਈ ਦੇਣੀ ਆ ਬੱਚਿਆਂ ਨੂੰ ਇਹਦੇ ਫਾਇਦੇ ਬਹੁਤ ਨੇ ਜੀ ਬਹੁਤ ਜ਼ਿਆਦਾ ਫਾਇਦਾ ਵਾ ਬਾਕੀ ਸਭ ਤੋਂ ਵੱਧ ਧੰਨਵਾਦ ਅਸੀਂ ਇਹਨਾਂ ਸਾਰੇ ਵੀਰਾਂ ਦਾ ਕਰਦੇ ਆ ਜਿਹੜੇ ਸਾਡੇ ਕਹਿ ਸੁਣੇ ਤੇ ਸਾਡੀਆਂ ਛੋਟੀਆਂ ਰਿਕਾਰਡਿੰਗਾਂ ਪਾਈਆਂ ਤੇ ਇਹ ਟ੍ਰੇਨਿੰਗ ਕੈਂਪ ਦੇ ਵਿੱਚ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਅੱਗੇ ਵਾਸਤੇ ਟ੍ਰੇਨਿੰਗ ਦਾ ਜਿਹੜਾ ਵੈਚ ਆ ਉਹ ਜਾਰੀ ਰਹੂਗਾ ਜਾਂ ਕਿਸ ਤਰ੍ਹਾਂ ਉਹ ਹਾਂਜੀ ਉਹ ਦੇਖੋ ਜੀ ਇਹ ਸਾਨੂੰ ਅਸੀਂ ਤਾਂ ਨਹੀਂ ਬਾਹਲਾ ਚਾਹੁੰਦੇ ਸੀਗੇ ਵੀ ਅਸੀਂ ਟ੍ਰੇਨਿੰਗ ਕਰੀਏ ਜਾਂ ਅਸੀਂ ਇਸ ਵਿਸ਼ੇ ਤੇ ਤੁਰੀਏ ਅਸੀਂ ਲੋਕ ਕਈ ਕਹਿੰਦੇ ਆ ਜੀ ਇਹ ਤਾਂ ਪੈਸਾ ਇਕੱਠਾ ਕਰਨ ਦਾ ਟਿਕਵਾੰਜਾ ਜੀ ਹਨ ਬਹੁਤ ਕੋਸ ਕਹਿੰਦੇ ਆ ਪਰ ਜਿਹੜੇ ਕੋਈ ਵੀ ਵੀਰ ਸਾਡੇ ਕਰਦੇ ਆ ਨਾ ਇਹ ਟ੍ਰੇਨਿੰਗਾਂ ਕਰਾਉਣੀਆਂ ਬਹੁਤ ਔਖੀਆਂ ਨੇ ਸੌਖੇ ਨਹੀਂ ਹੈ ਪ੍ਰੋਗਰਾਮ ਭਾਵੇਂ ਮੇਲੇ ਆ ਭਾਵੇਂ ਟ੍ਰੇਨਿੰਗਾਂ ਨੇ ਬੜੇ ਵੀਰ ਕਹਿੰਦੇ ਜੀ ਇਹ ਤਾਂ ਪੈਸਾ ਇਕੱਠਾ ਕਰਦੇ ਆ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇੱਥੇ ਟ੍ਰੇਨਿੰਗ ਹੋਈ ਆ 20 ਬੰਦਿਆਂ ਦੀ ਲਾ ਲਓ ਹੂੰ 20 ਬੰਦਿਆਂ ਦੇ ਵਿੱਚੋਂ ਕਿਸੇ ਵੀਰ ਤੋਂ ਅਸੀਂ ਘੱਟ ਪੈਸੇ ਵੀ ਲਏ ਆ ਹੂੰ ਕਿਸੇ ਤੋਂ ਪੂਰੀ ਫੀਸ ਵੀ ਲਈ ਆ 4000 ਤੇ ਉਹਦੀ ਤੁਹਾਨੂੰ ਪਤਾ ਵੀ ਡਾਕਟਰੀ ਫੀਸ ਦਿੱਲੀ ਤੱਕ ਪਹੁੰਚ ਨਹੀਂ ਕਰਨੀ ਆ ਹੂੰ ਜੇ ਅਸੀਂ ਮਾਨਤਾ ਪ੍ਰਾਪਤ ਸਰਟੀਫਿਕੇਟ ਲੈਣਾ ਜੇ ਲੋਕਲ ਲੈਣਾ ਤਾਂ ਅਸੀਂ ਫ੍ਰੀ ਚ ਹੀ ਬਣਾ ਦਿੰਨੇ ਆ ਉਹਦੀ ਕੋਈ ਵੈਲਿਊ ਹੀ ਨਹੀਂ ਆ ਜਾਓ ਮੁੱਲਾਪੁਰ ਮੰਡੀ ਤੇ ਜਿੰਨੇ ਮਰਜ਼ੀ ਬਣਵਾ ਲਿਓ ਦੇ ਦਿਆਂਗੇ ਬਣਾ ਕੇ ਨ ਪਰ ਯਾਰ ਜੇਦੋਂ ਅਸੀਂ ਕਿਸੇ ਬੈਂਕ ਵਿੱਚ ਲਾਉਣਾ ਬੈਂਕ ਨੇ ਸਾ ਤੋਂ ਪੁੱਛਣਾ ਵੀ ਤੁਸੀਂ ਕਿੰਨੇ ਚਿਰ ਦੇ ਕੰਮ ਕਰਦੇ ਹੋ ਤੁਹਾਡਾ ਤਜਰਬਾ ਕਿੰਨੇ ਚਿਰ ਦਾ ਤੇ ਤੁਹਾਡੇ ਕੋਲ ਕੀ ਡਾਕੂਮੈਂਟ ਨੇ ਕੀ ਪ੍ਰੂਫ ਆ ਤੁਹਾਡੇ ਕੋਲੇ ਤੁਸੀਂ ਇਹ ਕੰਮ ਕਰਦੇ ਹੋ ਪਹਿਲੇ ਨੰਬਰ ਤੇ ਤਾਂ ਤੁਹਾਡੀਆਂ ਪਾਈ ਹੋਈਆਂ ਵੀਡੀਓ ਇਹ ਸਾਡੇ ਕੋਲੇ ਰਿਕਾਰਡ ਆ ਜਾਣਾ ਭਈ ਆ ਬੰਦੇ ਬੈਠਿਆ ਹੀ ਸਾਡੇ ਕੋਲੇ ਸਾਡੀ ਕੈਂਪ ਦੇ ਵਿੱਚ ਹਾਜ਼ਰ ਸੀ ਸਭ ਤੋਂ ਵੱਡਾ ਸਾਡਾ ਪ੍ਰੂਫ ਦੂਜੇ ਨੰਬਰ ਤੇ ਰਜਿਸਟ੍ਰੇਸ਼ਨ ਸਾਡੇ ਕੋਲੇ ਆਲਰੇਡੀ google api ਹੋਈ ਉਹਨਾਂ ਦੀ ਨਾਮ ਲਿਖ ਕੇ ਉਹਨਾਂ ਦਾ ਟੈਲੀਫੋਨ ਨੰਬਰ ਉਹਨਾਂ ਦੇ ਪਿੰਡ ਦਾ ਐਡਰੈਸ ਸਾਰਾ ਕੁਝ ਉਹ ਸਾਡੇ ਕੋਲੇ ਹੋ ਗਿਆ ਜੀ ਪ੍ਰੂਫ ਤੀਜੇ ਨੰਬਰ ਤੇ ਇਹਨਾਂ ਦਾ ਜਿਹੜਾ ਸਰਟੀਫਿਕੇਟ ਆ ਸਭ ਤੋਂ ਵੱਡਾ ਸਰਟੀਫਿਕੇਟ ਅਗਲਾ ਕਹਿੰਦਾ ਤੇਰੇ ਕੋਲੇ ਕੀ ਸਰਟੀਫਿਕੇਟ ਆ ਤੂੰ ਆਹ ਕੰਮ ਕਰਦਾ ਇਹ ਸਲਾਈ ਜਿਹੜਾ ਸਰਟੀਫਿਕੇਟ ਦੀ ਵੈਲਿਊ ਆ ਬਹੁਤ ਜ਼ਿਆਦੇ ਵੈਲਿਊ ਆ ਚਾਪਾਵੇਂ ਇਹਨਾਂ ਨੇ ਲੋਕਨ ਕਿਸੇ ਵੀਰ ਤੋਂ ਲੋਨ ਲੈਣਾ ਭਾਵੇਂ ਸਰਕਾਰੀ ਲੋਨ ਲੈਣਾ ਭਾਵੇਂ ਕਿਸੇ ਪ੍ਰਾਈਵੇਟ ਬੈਂਕ ਤੋਂ ਲੋਨ ਲੈਣਾ ਇਹਨਾਂ ਨੂੰ ਉਹ ਜਿਹੜਾ ਸਰਟੀਫਿਕੇਟ ਆ ਉਹ ਸਹਾਇ ਹੋਊਗਾ ਜੀ ਹਾਂਜੀ ਇਸ ਲਈ ਅਸੀਂ ਵਧਾਈ ਦਿੰਨੇ ਆ ਨਵੀਰਾਂ ਨੂੰ ਜਿਹੜੇ ਆਪਣਾ ਟਾਈਮ ਛੱਡ ਕੇ ਆਏ ਨੇ ਕਮਰਸ਼ੀਅਲ ਗੌਟ ਫਾਰਮ ਜੋ ਹਰਿਆਣੇ ਦੇ ਵਿੱਚ ਆ ਜੀ ਤੇ ਬਹੁਤ ਤਕੜਾ ਫਾਰਮ ਹੈ ਇਹਨਾਂ ਵੀਰਾਂ ਦਾ ਪਰ ਮੈਂ ਇਹਨਾਂ ਨੂੰ ਪਹਿਲੀ ਵਾਰ ਤੁਹਾਡੇ ਪਿੰਡ ਮਿਲਿਆ ਸੀ ਲੌਂਗੋਵਾਲ ਜਦੋਂ ਮਿਲਿਆ ਸੀਗਾ ਮੈਂ ਇਹਨਾਂ ਨੂੰ ਨਹੀਂ ਸੀ ਜਾਣਦਾ ਵੀਰਾਂ ਨੂੰ ਪਰ ਜਿਵੇਂ ਕਹਿੰਦੇ ਆ ਵੀ ਰਾਹ ਪਏ ਜਾਣੀਏ ਜਾਂ ਫਾਹ ਪਏ ਜਾਣੀਏ ਇਹਨਾਂ ਦੇ ਨੇਚਰ ਤੇ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸਾਨੂੰ ਬੜਾ ਪਸੰਦ ਆਇਆ ਬਹੁਤ ਸੋਹਣੇ ਵਧੀਆ ਵੀਰ ਲੱਗੇ ਇਹ ਜੀ ਇਹਨਾਂ ਦੇ ਨਾਲ ਅਸੀਂ ਹੁਣ ਵਰਤ ਵਰਤਾਅ ਸ਼ੁਰੂ ਕੀਤਾ ਵਾ ਪ੍ਰਮਾਤਮਾ ਇਸੇ ਤਰ੍ਹਾਂ ਹੋਰ ਵਧਾਵੇ ਇਹ ਕੰਮ ਨੂੰ ਜਿestrā ਤੁਹਾਡੇ ਨਾਲ ਪਿਆਰ ਪਿਆ ਉਸੇ ਤਰ੍ਹਾਂ ਇਹਨਾਂ ਨਾਲ ਪਿਆਰ ਪਿਆ ਆ ਸਾਰੇ ਵੀਰਾਂ ਨੇ ਇਸੇ ਤਰ੍ਹਾਂ ਹੀ ਪਿਆਰ ਪਿਆ ਜੀ ਜੇ ਜਿਹੜੇ ਪਾਸੇ ਨੂੰ ਬੰਦਾ ਤੁਰ ਪੈਂਦਾ ਉਹਨੂੰ ਉਸ ਤਰ੍ਹਾਂ ਦੇ ਰਸਤੇ ਪ੍ਰਮਾਤਮਾ ਦਿਖਾ ਦਿੰਦਾ ਉਸ ਤਰ੍ਹਾਂ ਦੇ ਬੰਦੇ ਮਿਲਣ ਲੱਗ ਜਾਂਦੇ ਨੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ